ਚੇਰਾਵਾਲੀ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਚੇਰਾਵਾਲੀ ਵਿਖੇ ਅੰਗਰੇਜ਼ ਕੌਰ 60 ਸਾਲਾਂ ਅਤੇ ਉਸਦੇ ਘਰ ਵਾਲਾ ਬੰਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਵਿੱਚ ਸੁੱਤੇ ਪਏ ਸਨ। ਕਰੀਬ 3 ਵਜੇ ਅਚਾਨਕ ਮਕਾਨ ਦੀ ਛੱਤ ਡਿੱਗਣ ਕਾਰਨ ਅੰਗਰੇਜ਼ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੰਤ ਸਿੰਘ 'ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਨੇ। ਬੰਤ ਸਿੰਘ ਨੇ ਦੱਸਿਆ ਕਿ ਉਹ ਕਰੀਬ 2 ਵਜੇ ਆਪਣੀ ਰਫਾ ਹਾਜ਼ਤ ਲਈ ਉੱਠੇ ਸਨ। ਉਸ ਤੋਂ ਬਾਅਦ ਫਿਰ ਆਪਣੇ ਮਕਾਨ ਵਿੱਚ ਪੈ ਗਏ। ਜਦੋਂ ਉਹਨਾਂ ਦੇ ਮਕਾਨ ਦੀ ਛੱਤ 'ਚੋਂ ਇੱਟਾਂ ਉਹਨਾਂ ਦੇ ਸਿਰ ਵਿੱਚ ਵੱਜੀਆਂ ਤਾਂ ਉਹਨਾਂ ਆਪਣੇ ਘਰ ਵਾਲੇ ਨੂੰ ਉੱਠਣ ਲਈ ਕਿਹਾ। ਉਸ ਸਮੇਂ ਇੱਕਦਮ ਦੌੜਾਂ 'ਤੇ ਛੱਤ ਪੱਕੀ ਡਿੱਗ ਪਈ, ਜਿਸ ਨਾਲ ਉਹਨਾਂ ਦੇ ਸਿਰ ਵਿੱਚ ਸੱਟਾਂ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਏ। ਉਹਨਾਂ ਦੀ ਪਤਨੀ ਅੰਗਰੇਜ਼ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਨੂੰ ਰੌਲਾ ਪੈਣ 'ਤੇ ਆਸ ਗੁਆਂਢ ਨੇ ਉਹਨਾਂ ਨੂੰ ਬੜੀ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਮਕਾਨ ਦੇ 2 ਕਮਰੇ ਨੇ, ਇੱਕ ਦੀ ਛੱਤ ਡਿੱਗ ਪਈ ਅਤੇ ਦੂਸਰੀ ਵੀ ਡਿੱਗਣ ਵਾਲੀ ਹੈ। ਦਲਿਤ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਬੰਤ ਸਿੰਘ ਦੇ ਪਰਿਵਾਰ ਵਿੱਚ ਇੱਕ ਲੜਕਾ ਅਤੇ ਲੜਕੀ ਸ਼ਾਦੀਸ਼ੁਦਾ ਅਤੇ ਇੱਕ ਲੜਕਾ ਅਜੇ ਕੁਆਰਾ ਹੈ। ਜੌੜਕੀਆਂ ਪੁਲਿਸ ਨੇ ਮ੍ਰਿਤਕ ਅੰਗਰੇਜ਼ ਕੌਰ ਦੇ ਪਤੀ ਬੰਤ ਸਿੰਘ ਦੇ ਬਿਆਨਾਂ 'ਤੇ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ 174 ਦੀ ਕਾਰਵਾਈ ਲਗਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਦੇ ਸਾਬਕਾ ਸਰਪੰਚ ਬਾਦਲ ਸਿੰਘ, ਸਤਨਾਮ ਸਿੰਘ ਖਾਲਸਾ, ਹੰਸਾ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ। ਹੋਰ ਤਾਂ ਹੋਰ ਇਸ ਪਰਿਵਾਰ ਦਾ ਆਟਾ ਦਾਲ ਆਦਿ ਪੈਨਸ਼ਨ ਵੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਦਲਿਤ ਘਰਾਂ ਨਾਲ ਸੰਬੰਧਿਤ ਲੋਕਾਂ ਦੀ ਖਸਤਾ ਮਕਾਨ ਪੱਕੇ ਬਣਵਾਉਣ ਲਈ ਉਹਨਾਂ ਨੂੰ ਸਮੇਂ ਸਿਰ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ। ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀ ਨੇ ਰਾਜ ਸਰਕਾਰ ਤੋਂ ਪੀੜਤ ਪਰਿਵਾਰ ਲਈ ਜਿੱਥੇ ਮਾਲੀ ਮਦਦ ਕੀਤੀ ਉੱਥੇ ਇਸ ਪੀੜਤ ਪਰਿਵਾਰ ਨੂੰ ਮੁੜ ਤੋਂ ਮਕਾਨ ਬਣਾਉਣ ਦੀ ਗ੍ਰਾਂਟ ਦੀ ਵੀ ਮੰਗ ਕੀਤੀ ਹੈ। ਬੰਤ ਸਿੰਘ ਨਾਂ ਦਾ ਇੱਕ ਗਰੀਬ ਪਰਿਵਾਰ 'ਚੋਂ ਮਜ਼ਬੀ ਸਿੰਘਾਂ 'ਚੋਂ ਆਇਆ। ਇਹਦਾ ਮਕਾਨ ਸੀਗਾ, ਮਕਾਨ ਕਾਫ਼ੀ ਖਸਤਾ ਹਾਲਤ ਦੇ ਵਿੱਚ ਸੀਗਾ। ਸਰਕਾਰਾਂ ਜਿਹੜੀਆਂ ਸਮੇਂ ਸਮੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ, ਗਰੀਬਾਂ ਨੂੰ ਲਾਲਚ ਦੇ ਕੇ ਵੋਟਾਂ ਵਟੋਰਦੀਆਂ ਰਹਿੰਦੀਆਂ। ਬਹੁਤ ਵਾਰੀ ਸਰਕਾਰ ਜਦ ਵੀ ਆਉਂਦੀ ਹੈ ਸਾਡੀ ਗਰੀਬਾਂ ਦੀ ਡਿਮਾਂਡ ਇਹੀ ਹੁੰਦੀ ਹੈ ਸਾਡਾ ਘਰ ਪਾਇਆ ਜਾਵੇ। ਕਿਸੇ ਨੇ ਕਦੇ ਕੋਈ ਸੁਣਵਾਈ ਨਹੀਂ ਕਰੀ। ਖਸਤਾ ਹਾਲਤ ਹੋਣ ਕਰਕੇ ਹੀ ਇਸ ਗਰੀਬ ਦਾ ਮਕਾਨ ਆ ਜਿਹੜਾ ਰਾਤ ਇਹਦੀ ਛੱਤ ਡਿੱਗ ਪਈ ਹੈ, ਜਿਹਦੇ ਵਿੱਚ ਬੰਤ ਸਿੰਘ ਦੇ ਘਰ ਵਾਲੀ ਦੀ ਮੌਤ ਹੋ ਗਈ ਹੈ ਔਰ ਬੰਤ ਸਿੰਘ ਦੇ ਵੀ ਸੱਟਾਂ ਲੱਗੀਆਂ ਨੇ। ਕੀ ਚਾਹੁੰਦੇ ਆਪਾਂ ਹੁਣ? ਚਾਹੁੰਦੇ ਤਾਂ ਸਰਕਾਰਾਂ ਹੀ ਦੇਖਣ ਜੀ, ਕੁਛ ਸਰਕਾਰਾਂ ਨੂੰ ਇਹਨਾਂ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਅਗਰ ਸਰਕਾਰਾਂ ਨੇ ਪਹਿਲਾਂ ਹੀ ਗਰੀਬਾਂ ਦੀ ਸਪੋਰਟ ਕਰੀ ਹੁੰਦੀ ਤਾਂ ਇਹ ਘਟਨਾ ਹੀ ਨਹੀਂ ਸੀ ਵਾਪਰਦੀ। ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਪਰਿਵਾਰ ਦਾ ਜੀਅ ਤਾਂ ਚਲੋ ਸਰਕਾਰਾਂ ਦੀ ਅਣਕਹਿਲੀ ਕਰਕੇ ਗਿਆ, ਪਰੰਤੂ ਬਾਕੀ ਪਰਿਵਾਰ ਨੂੰ ਵੀ ਉਹਦੇ ਸਿਰ 'ਤੇ ਛੱਤ ਹੋਣੀ ਚਾਹੀਦੀ ਹੈ। ਘਰੇ ਸੀਗੇ ਜੀ, ਇਸੇ ਕਰਕੇ ਇਹਨਾਂ ਤੋਂ ਜੇ ਮਕਾਨ ਪਾਉਣ ਦੀ ਬਸ ਇੱਧਰ ਉੱਧਰ ਵਿਚਾਰਿਆਂ ਨੂੰ ਕਹਿੰਦੇ ਵੀ ਪੰਚਾਇਤਾਂ ਨੂੰ ਵੀ ਜੇ ਸਾਡੀ ਛੱਤ ਡਿੱਗਣ ਵਾਲੀ ਕੋਈ ਮਾੜਾ ਮੋਟਾ ਸਹਾਰਾ ਦਿਵਾਓ ਸਾਨੂੰ। ਬਾਈ ਜੀ ਆਪਦਾ ਵਿਚਾਰਾ ਦਿਹਾੜੀ ਦਿਹੁੜੀ ਕਰਦਾ ਸੀਗਾ ਜੀ, ਇਹਨੂੰ ਕੁਛ ਕਾਫੀ ਟਾਈਮ ਦਾ ਅਧਰੰਗ ਸੀਗਾ ਜੀ ਬੰਦੇ ਨੂੰ। ਬਾਈ ਇਹਨਾਂ ਦੇ ਵਿਚਾਰਿਆਂ ਦਾ ਕੋਈ ਹਿਸਾਬ 'ਚ ਹੀ ਨਹੀਂ ਆਈ ਜੀ ਗੱਲ, ਬਸ ਇਸੇ ਕਰਕੇ ਫਿਰ ਜਦੋਂ ਅੱਜ ਤੜਕੇ 4 ਵਜੇ ਇਹ ਘਟਨਾ ਵਾਪਰੀ ਹੈਗੀ। ਇੱਥੇ ਇੱਕ ਇਹਨਾਂ ਦਾ ਗਵਾਂਢੀ ਹੈਗਾ ਜੈ ਮੁੰਡਾ, ਉਹਨੇ ਇਹਨੇ ਜਦੋਂ ਇਹਦੇ ਆਹ ਥਾਂ 'ਤੇ ਪੱਥਰ ਸੀਗਾ ਜੀ, ਇਹਨੇ ਵਾਜਾ ਵੂਜਾ ਮਾਰੀਆਂ ਕਿਤੇ ਇਹਨੇ ਕੰਨ ਬਲਾਲ ਪਈ ਤਾਂ ਉੱਠ ਕੇ ਵਿਚਾਰਾ ਗਿਆ। ਇਹਨੇ ਆਂਢ ਗੁਆਂਢ ਨੂੰ ਸਾਰੇ ਨੂੰ ਭੱਜ ਭੁੱਜ ਕੇ ਜਗਾਇਆ ਜੀ। ਆ ਕੇ ਉਦੋਂ ਬਾਅਦ ਇਹਨੇ ਫਿਰ ਪੌੜੀਆਂ ਪੁੜੀਆਂ ਲਾ ਕੇ ਕਹਿੰਦਾ ਉੱਥੇ ਦੀ ਰੇੜਕੇ ਦੇ ਵਿੱਚ ਲੋਸ ਮਿੰਟ ਵੀ ਕਰੀ, ਫਿਰ ਇਹਨਾਂ ਨੂੰ ਜੀ ਬਾਹਰ ਇੱਥੋਂ ਮੁੰਡੇ ਨੇ ਇਕੱਠੇ ਹੋ ਕੇ ਅਤੇ ਫਿਰ ਇਹ ਕੱਢੇ ਜੀ। ਜਦੋਂ ਕੱਢਣ ਵਾਲੇ ਪਤਾ ਲੱਗਿਆ ਤਾਂ ਫਿਰ ਅੰਗਰੇਜ਼ ਕੌਰ ਦੀ ਮੌਤ ਹੋ ਗਈ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਹਾਂ ਜੀ, ਜੋ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ, ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵਾਸਤੇ ਜੋ ਵੀ ਸਹਾਇਤਾ ਦੇ ਸਕਦੀ ਹੈ ਸਰਕਾਰ ਪ੍ਰਸ਼ਾਸਨ ਦੇ। ਇੱਕ ਨਾ ਤੁਹਾਡੇ ਉਸ 'ਚ ਝੇਰਿਆਂ ਵਾਲੀ ਪਿੰਡ ਇੱਕ ਗਰੀਬ ਮਜ਼ਦੂਰ ਦਾ ਮਕਾਨ ਡਿੱਗਣ ਕਾਰਨ ਉਹਦੀ ਮੌਤ ਹੋ ਗਈ। ਝੇਰਿਆਂ ਵਾਲੀ ਪਿੰਡ? ਹਾਂ, ਪਤੀ ਪਤਨੀ ਦੋਨੇ ਸੁੱਤੇ ਸੀ। ਅੱਛਾ ਜੀ। ਤੇ ਪਤੀ ਉਹਦਾ ਬਚ ਗਿਆ, ਸੱਟਾਂ ਵੱਜ ਗਈਆਂ ਤੇ ਉਹ ਵਿਚਾਰੀ ਲੇਡੀ 'ਚ ਮਰ ਗਈ ਮੌਕੇ 'ਤੇ। ਅੱਛਾ, ਕਦੋਂ ਦੀ ਗੱਲ ਆ ਜੀ? ਅੱਜ ਦੀ ਗੱਲ ਆ ਜੀ, ਸਵੇਰ ਦੀ। ਅੱਛਾ ਅੱਛਾ ਜੀ, ਠੀਕ ਹੈ। ਹਾਂ ਹਾਂ ਹਾਂ।
ਮਕਾਨ ਦੋ ਕਮਰੇ ਸੀ, ਦੂਜਾ ਵੀ ਡਿੱਗਣ ਵਾਲਾ। ਅੱਛਾ ਅੱਛਾ ਜੀ, ਪਹਿਲਾਂ ਕੋਈ ਸਹੂਲਤ ਮਿਲੀ ਨੀ ਮਕਾਨ ਦੀ? ਕੋਈ ਨੀ ਮਿਲੀ। ਤੁਸੀਂ ਐ ਕਰੋ ਜੀ, ਆਪਣੇ ਕੱਲ ਮੈਂ ਆਊਂਗਾ ਦਫ਼ਤਰ ਜੀ, ਉਹਦਾ ਨਾਮ ਪਤਾ ਖਰਾ ਮੈਨੂੰ ਨੋਟ ਕਰਵਾ ਦਿਓ ਸਵੇਰੇ। ਹਾਂਜੀ ਹਾਂਜੀ, ਤੁਸੀਂ ਮੌਕਾ ਮੌਕਾ ਦੇਖ ਲਓ, ਕੋਈ ਗੱਲ ਨੀ ਕਰਤਾ ਜੀ, ਪਰਿਵਾਰ ਤਾਂ ਦੱਸੋ ਜੀ ਆਪਾਂ ਕਰਾਂਗੇ ਹੈਲਪ ਕਿੰਨੀ ਹੋ ਸਕੀ। ਠੀਕ ਹੈ ਸਰ, ਹਾਂਜੀ ਹਾਂਜੀ, ਕਹਿੰਦੇ ਕੋਈ ਗੱਲ ਨੀ, ਤੁਸੀਂ ਮੈਨੂੰ ਸਵੇਰੇ ਰਿਮਾਇੰਡ ਕਰਾ ਦਿਓ ਭਾਜੀ, ਤੇ ਅਸੀਂ ਮੈਂ ਪੀਓ ਸਾਹਿਬ ਨੂੰ ਜਾ ਕੇ ਦੇਖ ਲਵਾਂਗੇ ਮੌਕਾ। ਠੀਕ ਹੈ, ਓਕੇ ਓਕੇ, ਹਾਂ ਕਰਵਾ ਲੈਂਗੇ ਆਪਾਂ ਜਿੰਨੀ ਹੋਈ ਮਦਦ ਕਰਵਾਵਾਂਗੇ। ਠੀਕ ਹੈ, ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।